ਭਗਵੰਤ ਮਾਨ ਕਹਿੰਦੇ ਲਾਇਕ ਹੈ ਮੁੱਖ ਮੰਤਰੀ? ਕੀ ਕਹਿੰਦੇ ਹੁੰਦੇ ਸੀ ਝਾੜੂ ਵਾਲੇ? ਅਸੀਂ ਬਦਲਾਅ ਲੈ ਕੇ ਆਉਂਗੇ। ਹਾਂ, ਬਦਲਾਅ ਲਿਆਂਦਾ ਕਿ ਪੰਜਾਬ ਨੂੰ ਬਰਬਾਦ ਕਰ ਦਿੱਤਾ। ਆ ਝਾੜੂ ਵਾਲੇ ਆਪ ਲੁੱਟਣ ਤੇ ਲੱਗੇ ਹੈ। ਆ ਜਿਹੜਾ ਸ਼ਰਾਬ ਘੁਟਾਲਾ ਹੈ ਦਿੱਲੀ ਚ ਤਾਂ ਕੀਤਾ, ਇਹ ਤੋਂ ਵੱਡਾ ਪੰਜਾਬ ਚ ਹੈ। ਕੇਜਰੀਵਾਲ ਤੰਦਰ ਹੋਇਆ ਹੋਇਆ ਭਗਵੰਤ ਮਾਨ ਦੀ ਬਾਰੀ ਹੈ। ਹਜ਼ਾਰ ਕਰੋੜ ਰੁਪਇਆ ਖਜ਼ਾਨੇ ਤੋਂ ਇਸ਼ਤਿਹਾਰਾਂ ਤੇ ਲੱਗਦਾ ਹੈ। ਤੁਸੀਂ ਨਾਗਾਲੈਂਡ ਚਲੇ ਜਾਓ, ਉੱਥੇ ਹੀ ਅਖਬਾਰ ਵਿੱਚ ਭਗਵੰਤ ਮਾਨ ਦੀ ਫੋਟੋ ਹੁੰਦੀ ਹੈ ਦੱਸਣ ਵਾਸਤੇ ਕਿ ਜੀ ਅਸੀਂ 1000 ਰੁਪਇਆ ਹਰ ਔਰਤ ਨੂੰ ਪੰਜਾਬ ਦਿੱਤਾ। ਨਾਗਾਲੈਂਡ ਝੂਠ ਬੋਲਦੇ ਹੈ। ਆ ਕਹਿੰਦੇ ਝਾੜੂ ਆਏ ਸੀ 300 ਯੂਨਿਟ ਬਿਜਲੀ ਦੇ ਮਾਫ ਕਰਦੇ। ਮੈਂ ਕਿਹਾ ਆਪਣੇ ਰਾਜ ਤਾਂ ਗਰੀਬ ਤਾਂ ਕੋਈ ਦਿੰਦਾ ਹੀ ਨਹੀਂ ਹੁੰਦਾ ਜੀ, ਸਾਰਾ ਸਿੱਧਾ ਜੁੜਿਆ ਸੀ ਕੰਮ, ਠੀਕ ਹੈ ਕਿ ਨਹੀਂ? ਅਸੀਂ ਨਸ਼ੇ ਵੇਚਣ ਵਾਲੇ ਦੀ ਉਮਰ ਕੈਦ ਦੀ ਸਜ਼ਾ ਸਪੈਸ਼ਲ ਕੋਰਟ ਬਣਾ ਕੇ 6 ਮਹੀਨੇ ਦੇ ਅੰਦਰ ਅੰਦਰ ਸਪੈਸ਼ਲ ਕੋਰਟ ਬਣਾ ਕੇ ਸਾਰੀ ਉਮਰ ਕੈਦ ਦੇ ਅੰਦਰ ਨਸ਼ਾ ਬੰਦ ਕਰਨਾ, ਖਤਮ ਕਰਨਾ, ਆਪਣੀ ਜਵਾਨੀ ਨੂੰ ਬਚਾਉਣਾ ਸਾਡਾ ਨੰਬਰ 1 ਪ੍ਰਾਇਰਟੀ ਹੈ। ਜੋ ਦਿੱਲੀ ਵਾਲੇ ਕਹਿੰਦੇ ਹੈ ਤੁਹਾਡੇ ਹੱਕ ਦੀ ਇੱਕ ਲੜਾਈ ਆ, ਨਾ ਲੜੇ ਆ ਤੇ ਨਾ ਲੜ ਸਕਦੇ ਆ। ਬੀਜੇਪੀ ਦੀ ਸੋਚ ਹੋ ਰਿਹਾ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਾ, ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਸਾਰੇ ਦਿੱਲੀ ਵਾਲੇ ਜਿਹਨਾਂ ਨੂੰ ਕੋਈ ਫਿਕਰ ਨਹੀਂ, ਹੁਣ ਤਾਂ ਪਤਾ ਨਹੀਂ ਲੱਗਦਾ ਆ ਬੰਦਾ ਕਾਂਗਰਸ ਕੱਲ ਸੀ, ਅੱਜ ਝਾੜੂ ਚਲੇ ਗਿਆ, ਪਰਸੋਂ ਬੀਜੇਪੀ ਚਲੇ ਗਿਆ, ਪਤਾ ਹੀ ਨਹੀਂ। ਮੈਨੂੰ ਲੱਗਦਾ ਜਿਹਨੂੰ ਡਰਾ ਲੈਂਦੇ ਆ ਕਿਉਂਕਿ ਠੱਗੀਆਂ ਮਾਰੀਆਂ ਕਾਂਗਰਸੀਆਂ ਨੇ ਤੇ ਝਾੜੂ ਵਾਲਿਆਂ ਨੇ, ਮਿੰਟ ਚ ਈਡੀ ਭੇਜ ਕੇ ਡਰਾ ਕੇ ਆਓ ਜੀ ਬੀਜੇਪੀ ਜਾਓ। ਅੱਜ ਸਵੇਰੇ ਰਾਮਪੁਰਾ ਫੂਲ ਹਲਕੇ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਹੋਈ। ਹਜ਼ਾਰਾਂ ਦੀ ਗਿਣਤੀ ਮੋਟਰਸਾਈਕਲ ਤੇ ਟਰੈਕਟਰਾਂ ਤੇ ਸੰਗਤਾਂ ਨਾਲ ਹਿੱਸਾ ਲਿੱਤਾ। 3 ਵਜੇ ਮੌੜ ਹਲਕੇ 'ਚ ਅਸੀਂ ਪਹੁੰਚੇ। ਤੁਹਾਡਾ ਮਲੂਕਾ ਸਾਹਿਬ ਦਾ, ਉਹਨਾਂ ਦੇ ਬੇਟੇ ਗੁਰਪ੍ਰੀਤ ਦਾ, ਸਾਰੇ ਲੀਡਰਸ਼ਿਪ ਦਾ ਮੌੜ ਹਲਕੇ ਦੀ, ਸਾਰੇ ਵਰਕਰ ਤੇ ਸਾਰੇ ਮੌੜ ਹਲਕੇ ਦੀ ਸੰਗਤ ਦਾ ਮੈਂ ਦਿਲ ਦੀ ਗਹਿਰਾਈ ਧੰਨਵਾਦ ਕਰਨਾ ਚਾਹੁੰਦਾ। ਮੈਂ ਮੌੜ ਹਲਕੇ ਵਾਲਿਆਂ ਨੂੰ ਕੋਈ ਸਵਾਲ ਪੁੱਛਣਾ ਚਾਹੁੰਦਾ। ਤੁਸੀਂ ਜਾਣਦੇ ਹੋ ਜੋ ਕੁਛ ਵੀ ਇੱਥੇ ਬਣਿਆ ਕਦੋਂ ਬਣਿਆ? ਉਦੋਂ ਹੀ ਬਣਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਤੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ। ਫਿਰ ਆਪਾਂ ਤਜਰਬੇ ਕਿਉਂ ਨਹੀਂ ਕਰਨੋਂ ਹਟਦੇ? ਦੇਖੋ ਗੁਜਰਾਤ ਵਿੱਚ 30 ਸਾਲ ਹੋ ਗਏ ਮੋਦੀ ਨੂੰ ਵੀ ਵੋਟ ਪਾਉਂਦੇ ਰਹਿੰਦੇ ਆ ਕਿ ਹੁਣ ਪਤਾ ਮੋਦੀ ਦਿੰਦਾ ਸਾਰਾ ਕੁਛ ਕਰਦਾ। ਇੱਥੇ ਪੰਜਾਬੀਆਂ ਵਿੱਚ ਹਰ ਵਾਰ ਆਪਾਂ ਆਪਣਾ ਨਵਾਂ ਤਜਰਬਾ ਚਾਹੁੰਦੇ ਹਾਂ, ਉਹਦੇ ਬਾਅਦ ਫਿਰ ਆਪਾਂ ਰੋਂਦੇ ਹਾਂ। ਅੱਜ ਕੀ ਹਾਲਾਤ ਹੈ? ਅੱਜ ਗੈਂਗਸਟਰ ਰਾਜ ਕਰ ਰਹੇ ਆ ਪੰਜਾਬ ਦੇ ਵਿੱਚ। ਮੌੜ ਮੰਡੀ ਵਾਲੇ ਜਿਹੜੇ ਸੇਠ ਆ ਉਹਨਾਂ ਨੂੰ ਪਤਾ ਹੋਣਾ ਕਿਹਨਾਂ ਨੂੰ ਟੈਲੀਫੋਨ ਆਏ ਆ, ਕਿਹਨਾਂ ਨੇ ਫਰੌਤੀਆਂ ਦਿੱਤੀਆਂ। ਕੋਈ ਡਾਕਟਰ ਨਹੀਂ ਛੱਡਿਆ, ਕੋਈ ਆੜ੍ਹਤੀਆਂ ਨਹੀਂ ਛੱਡਿਆ, ਕੋਈ ਵਪਾਰੀ ਨਹੀਂ ਛੱਡਿਆ। ਪੂਰੇ ਪੰਜਾਬ ਵਿੱਚ ਪੁਲਿਸ ਵਾਲੇ ਕੁਛ ਨਹੀਂ ਕਰਦੇ, ਗੁੰਡਾਗਰਦੀ ਰਾਜ ਹੈ। ਰੋਜ਼ ਕੋਈ ਮਾਰਿਆ ਜਾਂਦਾ, ਕੋਈ ਲੁੱਟਿਆ ਜਾਂਦਾ। ਆ ਕੋਈ ਸੂਬੇ ਦੀ ਸਰਕਾਰ ਹੈ? ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਲਾਇਕ ਹੈ ਮੁੱਖ ਮੰਤਰੀ? ਕੀ ਕਹਿੰਦੇ ਹੁੰਦੇ ਸੀ ਝਾੜੂ ਵਾਲੇ?
ਅਸੀਂ ਬਦਲਾਅ ਲੈ ਕੇ ਆਉਂਗੇ। ਹਾਂ, ਬਦਲਾਅ ਲਿਆਂਦਾ ਕਿ ਪੰਜਾਬ ਨੂੰ ਬਰਬਾਦ ਕਰ ਦਿੱਤਾ। ਦੇਖੋ ਹੁਣ ਤੁਹਾਡੇ ਫੈਸਲਿਆਂ ਦਾ ਨੁਕਸਾਨ ਅਗਲੀਆਂ ਪੀੜ੍ਹੀਆਂ ਨੂੰ ਹੋਣਾ। ਆਹ ਜਿਹੜੇ ਝਾੜੂ ਵਾਲੇ ਹੈ, ਆਹ ਜਿਹੜੇ ਕਾਂਗਰਸ ਹੈ, ਇਹਨਾਂ ਦਾ ਤੁਸੀਂ ਰਾਜ ਦੇਖ ਹੀ ਲਿਆ। ਪਿਛਲੇ 40 ਸਾਲ ਦੇਖ ਲਓ, 40 ਸਾਲਾਂ 'ਚ 25 ਸਾਲ ਤੁਸੀਂ ਆਪਣੇ ਬਜ਼ੁਰਗ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਮੌਕਾ ਦਿੱਤਾ, ਅਕਾਲੀ ਦਲ ਦੀ ਸਰਕਾਰ ਨੂੰ ਮੌਕਾ ਦਿੱਤਾ। ਆਪਾਂ ਜ਼ਿਆਦਾ ਪੰਜਾਬ ਦੀ ਗੱਲ ਨਾ ਕਰੀਏ, ਇਕੱਲੇ ਬਠਿੰਡੇ ਜ਼ਿਲ੍ਹੇ ਦੀ ਗੱਲ ਕਰ ਲਈਏ। ਏਮਸ ਐਡਾ ਵਧੀਆ ਹੋਸਪਿਟਲ ਆਇਆ ਅਕਾਲੀ ਦਲ ਦੀ ਸਰਕਾਰ, ਬੀਬੀ ਹਰਸਿਮਰਤ ਕੌਰ ਬਾਦਲ ਕਰਕੇ। ਇੱਥੇ ਯੂਨੀਵਰਸਿਟੀਆਂ ਖੁੱਲ੍ਹੀਆਂ, ਹਰ ਕਿਸਮ ਦੀ ਯੂਨੀਵਰਸਿਟੀ ਇੱਥੇ ਹੈ। ਇੱਥੇ ਥਰਮਲ ਪਲਾਂਟ ਲਿਆਉਂਦੇ ਗਏ, ਇੱਥੇ ਰਿਫਾਇਨਰੀਆਂ ਲਿਆਉਂਦੀਆਂ ਗਈਆਂ, ਇੱਥੇ ਕਾਰਖਾਨੇ ਲਿਆਉਂਦੇ ਗਏ, ਇੱਥੇ ਹਵਾਈ ਅੱਡੇ ਲਿਆਉਂਦੇ ਗਏ। ਆਹ ਸੜਕਾਂ ਦੀ ਜਾਲ ਦੇਖੋ। ਅੱਜ ਜੇ ਤੁਸੀਂ ਮੌੜ ਮੰਡੀ ਤੋਂ ਅੰਮ੍ਰਿਤਸਰ ਜਾਣਾ, ਤੁਸੀਂ ਇੱਥੇ ਚੰਡੀਗੜ੍ਹ ਜਾਣਾ, ਕਿਹੋ ਜਿਹੀਆਂ ਸੜਕਾਂ, ਹਰ ਚੀਜ਼ ਹੀ ਇੱਥੇ। ਤੁਸੀਂ ਆਪ ਹੀ ਦੇਖ ਲਓ, ਜੇ ਇੱਥੇ ਕਿਸੇ ਨੂੰ ਟਿਊਬਵੈੱਲ ਕਨੈਕਸ਼ਨ ਮਿਲਿਆ ਅਕਾਲੀ ਦਲ ਨੇ ਦਿੱਤਾ, ਜੇ ਇੱਥੇ ਪੱਕੇ ਖਾਲੇ ਬਣੇ ਆ ਅਕਾਲੀ ਦਲ ਨੇ ਦਿੱਤੇ ਆ, ਜੇ ਕਸੀਆਂ ਕੱਢੀਆਂ ਅਕਾਲੀ ਦਲ ਨੇ ਕੱਢੀਆਂ, ਜੇ ਮੰਡੀਆਂ ਬਣਾਈਆਂ ਅਕਾਲੀ ਦਲ ਨੇ ਕੀਤੀਆਂ, ਜੇ ਗਰੀਬ ਨੂੰ ਆਟਾ ਦਾਲ ਸ਼ਗਨ ਪੈਨਸ਼ਨ ਦੇਣ ਵਾਲਾ ਅਕਾਲੀ ਦਲ ਹੈ, ਆਹ ਤਾਂ ਖੋਣ ਵਾਲੇ ਹੈ। ਵਪਾਰੀਆਂ ਨੂੰ ਮੈਡੀਕਲ ਇੰਸ਼ੋਰੈਂਸ ਤੋਂ ਲੈ ਕੇ ਦੂਜੀਆਂ ਇੰਸ਼ੋਰੈਂਸ ਦੇਣ ਵਾਲਾ ਅਕਾਲੀ ਦਲ ਹੈ। ਸਭ ਤੋਂ ਵੱਡੀ ਅਕਾਲੀ ਦਲ ਦੀ ਸੋਚ ਅਮਨ ਸ਼ਾਂਤੀ ਪੰਜਾਬ 'ਚ ਰੱਖਣੀ ਅਤੇ ਭਾਈਚਾਰਕ ਸਾਂਝ ਰੱਖਣੀ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਮੁੱਖ ਮੰਤਰੀ ਸੀ, ਹਿੰਦੂ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ, ਕ੍ਰਿਸਚਨ ਭਰਾ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ, ਮੁਸਲਿਮ ਵੀਰ ਸੋਚਦੇ ਸੀ ਬਾਦਲ ਸਾਹਿਬ ਸਾਡੇ ਹੈ, ਈਸਾਈ ਸੋਚਦੇ ਸੀ ਸਾਡੇ ਹੈ। ਕਿਉਂ? ਕਿਉਂਕਿ ਅਸੀਂ ਗੁਰੂਆਂ ਦੇ ਦੱਸੇ ਰਸਤੇ ਚੱਲਣ ਵਾਲੇ ਹਾਂ, ਸਰਬੱਤ ਦੇ ਭਲੇ ਦੀ ਗੱਲ ਕਰਦੇ ਹਾਂ। ਸਾਡੀ ਸੋਚ ਅਕਾਲੀ ਦਲ ਦੀ ਹੈ ਕਿ ਪੰਜਾਬ ਤਰੱਕੀ ਤਾਂ ਕਰੂਗਾ ਜੇ ਪੰਜਾਬ ਵਿੱਚ ਸਾਰੇ ਭਰਾਵਾਂ ਵਾਂਗੂ ਰਹਿਣ, ਪੰਜਾਬ ਵਿੱਚ ਸ਼ਾਂਤੀ ਰਹੇ। ਪੰਜਾਬ ਵਿੱਚ ਤਾਂ ਤਰੱਕੀ ਹੋਊਗੀ ਜੇ ਪੰਜਾਬ ਵਿੱਚ ਭਾਈਚਾਰਕ ਸਾਂਝ ਟੁੱਟੂਗੀ, ਇੱਥੇ ਲੜਾਈ ਝਗੜੇ ਦੰਗੇ ਹੋਣਗੇ ਤਾਂ ਪੰਜਾਬ ਕਿੱਥੇ ਤਰੱਕੀ ਕਰੂਗਾ। ਆ ਜਿਹੜੀਆਂ ਦੂਜੀਆਂ ਨੈਸ਼ਨਲ ਪਾਰਟੀਆਂ, ਭਾਵੇਂ ਕਾਂਗਰਸ ਹੈ, ਭਾਵੇਂ ਝਾੜੂ ਵਾਲੇ ਹੈ, ਭਾਵੇਂ ਹੁਣ ਬੀਜੇਪੀ ਹੈ, ਦਿਲੋਂ ਤੁਹਾਡੇ ਹਮਦਰਦ ਨਹੀਂ ਹੈ। ਬੀਜੇਪੀ ਦੀ ਸੋਚ ਹੋ ਰਿਹਾ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾਉਣਾ, ਅਸੀਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਦੂਜੀਆਂ ਪਾਰਟੀਆਂ ਵੀ ਦੇਖ ਲਓ, ਤੁਹਾਡੀ ਆਪਣੀ ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ, ਜਿਹੜੀ ਤੁਹਾਡੀ ਆਪਣੀ ਹੈ, ਜਿਹਨੇ ਜਿਉਣਾ ਮਰਨਾ ਪੰਜਾਬ ਵਾਸਤੇ ਹੈ। ਤੇ ਮੈਂ ਤੁਹਾਨੂੰ ਇੰਨਾ ਕਰ ਦਿੰਦਾ ਕਹਿਣਾ, ਅੱਜ ਜੋ ਹਾਲਾਤ ਬਣੀ ਪਈ ਹੈ, ਰਹਿਣਾ ਔਖਾ ਹੋ ਰਿਹਾ। ਮੈਨੂੰ ਬਹੁਤ ਵਪਾਰੀ ਮਿਲੇ ਜਿਹੜੇ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿੱਚ ਕਾਰਖਾਨੇ ਲਾਉਣ ਲੱਗ ਗਏ, ਕਿਉਂਕਿ ਮੈਂ ਪੁੱਛਿਆ ਇੱਕ ਦਿਨ, ਮੈਂ ਉੱਤਰ ਪ੍ਰਦੇਸ਼ ਦੇ ਚੀਫ ਮਿਨਿਸਟਰ ਨੂੰ ਮਿਲ ਗਿਆ, ਉੱਥੇ ਆਪਣੇ ਪੰਜਾਬੀ ਕਿਸਾਨਾਂ ਦੀ ਸਮੱਸਿਆ ਸੀ। ਤੇ ਜਦੋਂ ਮੈਂ ਉਹਦੇ ਦਫ਼ਤਰ ਚੋਂ ਨਿਕਲਿਆ, ਬਾਹਰ ਆਪਣੇ ਲੁਧਿਆਣੇ ਦੇ ਬਹੁਤ ਇੰਡਸਟਰੀਅਲਸ ਉੱਥੇ ਮਿਲਣ ਆਏ ਸੀ, ਮੈਂ ਉਹਨੂੰ ਪੁੱਛਿਆ ਇੱਥੇ ਕੀ ਕਰਨ ਆਏ ਹੋ? ਉਹ ਕਹਿੰਦੇ ਜੀ ਅਸੀਂ ਉੱਤਰ ਪ੍ਰਦੇਸ਼ ਵਿੱਚ ਫੈਕਟਰੀਆਂ ਲਾਉਣ ਲੱਗੇ ਹਾਂ, ਕਿਉਂਕਿ ਇੱਥੇ ਇੰਨਾ ਖਤਰਾ ਹੋ ਗਿਆ ਪੰਜਾਬ 'ਚ।
ਇੱਥੇ ਗੈਂਗਸਟਰਾਂ ਦਾ ਫੋਨ ਆਉਣ ਦਿਆ, ਸਾਨੂੰ ਲੁੱਟਿਆ ਜਾ ਰਿਹਾ, ਆ ਝਾੜੂ ਵਾਲੇ ਆਪ ਲੁੱਟਣ ਤੇ ਲੱਗੇ ਆ। ਅੱਜ ਤੁਸੀਂ ਆਹ ਦੇਖ ਲਓ, ਆ ਜਿਹੜਾ ਸ਼ਰਾਬ ਘੁਟਾਲਾ ਦਿੱਲੀ 'ਚ ਤਾਂ ਕੀਤਾ ਕੀਤਾ, ਇਹ ਤੋਂ ਵੱਡਾ ਪੰਜਾਬ 'ਚ ਹੈ। ਕੇਜਰੀਵਾਲ ਤੰਦਰ ਹੋਇਆ ਹੋਇਆ, ਭਗਵੰਤ ਮਾਨ ਦੀ ਵਾਰੀ ਹੈ। 1000 ਕਰੋੜ ਰੁਪਇਆ ਖਜ਼ਾਨੇ ਤੋਂ ਇਸ਼ਤਿਹਾਰਾਂ 'ਤੇ ਲੱਗਦਾ। ਤੁਸੀਂ ਨਾਗਾਲੈਂਡ ਚਲੇ ਜਾਓ, ਉੱਥੇ ਹੀ ਅਖਬਾਰ ਵਿੱਚ ਭਗਵੰਤ ਮਾਨ ਦੀ ਫੋਟੋ ਹੁੰਦੀ ਹੈ, ਦੱਸਣ ਵਾਸਤੇ ਕਿ ਜੀ ਅਸੀਂ 1000 ਰੁਪਇਆ ਹਰ ਔਰਤ ਨੂੰ ਪੰਜਾਬ ਦਿੱਤਾ। ਨਾਗਾਲੈਂਡ ਝੂਠ ਬੋਲਦੇ ਹੈ, ਮਣੀਪੁਰ, ਤਾਮਿਲਨਾਡੂ ਕਿਉਂ? ਆਪਣੇ ਖਜ਼ਾਨੇ ਤੋਂ ਪੈਸਾ ਕੱਢ ਕੇ ਆਮ ਆਦਮੀ ਪਾਰਟੀ ਦੀ ਮਸ਼ਹੂਰੀ ਦੂਜੇ ਸੂਬਿਆਂ 'ਚ ਕਰਦੇ ਲੱਗੇ ਹੈ। ਜਿੰਨਾ ਖਰਚਾ ਕੇਜਰੀਵਾਲ ਦਾ ਸਾਰਾ ਪੰਜਾਬ ਚੁੱਕ ਰਿਹਾ, ਜਹਾਜ਼ ਦਾ ਖਰਚਾ ਪੰਜਾਬ ਚੁੱਕ ਰਿਹਾ। ਇਸ ਕਰਕੇ ਮੈਂ ਆਹੀ ਬੇਨਤੀ ਕਰਨ ਵਾਲੇ ਹਾਂ, ਦੇਖੋ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਾਣਦੇ ਹੋ, ਤੁਸੀਂ ਉਹਨਾਂ ਦਾ ਰਾਜ ਦੇਖਿਆ। ਉਹ ਰਾਜ ਕਰਨ ਵਾਸਤੇ ਨਹੀਂ, ਸੇਵਾ ਕਰਨ ਵਾਸਤੇ ਆਉਂਦੇ ਆ। ਤੁਸੀਂ ਮੋੜ ਹਲਕੇ ਦਾ ਮੋੜ, ਤੁਸੀਂ ਮੋੜ ਮੰਡੀ ਦੇਖ ਲਓ ਕੀ ਹਾਲ, ਵੜ ਨਹੀਂ ਸਕਦੇ ਸੀ ਇਸ ਮੰਡੀ ਵਿੱਚ ਜਦੋਂ ਆਪਣਾ ਰਾਜ ਆਇਆ। ਆ ਗਲੀਆਂ, ਸੀਵਰੇਜ, ਸਾਰਾ ਕੁਛ ਕਰੋੜਾਂ ਰੁਪਏ ਲਾ ਕੇ, ਇਕੱਲੇ ਮੋੜ ਨਹੀਂ, ਤੁਸੀਂ ਮੋੜ ਹਲਕੇ ਦੇ ਪਿੰਡਾਂ ਦਾ ਦੇਖ ਲਓ, ਚੌਂਕੇ ਪਿੰਡ ਦੇਖ ਲਓ, ਦੂਜੇ ਵੱਡੇ ਪਿੰਡ ਦੇਖ ਲਓ ਕਿਵੇਂ ਬਣਾਤੇ। ਆ ਫਰਕ ਹੈ, ਜੇ ਮੁੱਖ ਮੰਤਰੀ ਅਕਾਲੀ ਦਲ ਦਾ ਹੁੰਦਾ ਤਾਂ ਤੁਹਾਡੇ ਨਾਲ ਦਾ ਗੁਆਂਢ ਦਾ, ਤੁਹਾਨੂੰ ਕੋਈ ਫਿਕਰ ਨਹੀਂ। ਮੈਨੂੰ ਇੰਨਾ ਦੱਸ ਦਿਓ ਮੋੜ ਵਾਲਿਓ, ਤੁਹਾਡੇ ਮੰਗਰਾਇਆ ਜਾਂ ਸੇਲ ਟੈਕਸ ਲਾ ਕਿਸੇ ਨੇ ਦੁਕਾਨ 'ਤੇ ਹੱਥ ਤੁਹਾਨੂੰ ਛਾਪਾ ਮਾਰਿਆ? ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ, ਤੁਹਾਡੇ ਤਾਂ ਬਿਜਲੀ ਵਾਲੇ ਵੀ ਨਹੀਂ ਆਉਂਦੇ ਸੀ ਡਰਦੇ। ਆਹ ਕਹਿੰਦੇ ਝਾੜੂ ਵਾਲੇ ਸੀ 300 ਯੂਨਿਟ ਬਿਜਲੀ ਦੇ ਮਾਫ ਕਰਤੇ। ਮੈਂ ਕਿਹਾ ਆਪਣੇ ਰਾਜ ਤਾਂ ਗਰੀਬ ਤਾਂ ਕੋਈ ਦਿੰਦਾ ਹੀ ਨਹੀਂ ਹੁੰਦਾ ਜੀ, ਸਾਰਾ ਸਿੱਧਾ ਜੁੜਿਆ ਸੀ ਕੰਮ, ਠੀਕ ਹੈ ਕਿ ਨਹੀਂ? ਹੁਣ 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 ਤੁਹਾਡੇ ਮਗਰ ਮਗਰ ਮੀਟਰ 1 ਯੂਨਿਟ ਵੱਧ ਜਾਏ ਤੇ ਤੁਹਾਡੇ ਮਗਰ। ਮੈਂ ਤੁਹਾਨੂੰ ਇੰਨਾ ਦੱਸ ਦਿੰਦਾ, ਹੁਣ ਤੁਹਾਡੇ ਹੱਥ ਹੈ ਜੇ ਪੰਜਾਬ ਬਚਾਉਣਾ। ਤੁਸੀਂ ਅਕਾਲੀ ਦਲ ਦੀ ਸਰਕਾਰ ਲਿਆ ਦਿਓ, ਪੰਜਾਬ ਵਿੱਚ ਇੱਕ ਗੈਂਗਸਟਰ ਨਹੀਂ ਰਹੂਗਾ, ਸਾਰੇ ਅੰਦਰ ਹੋਣਗੇ। ਮੈਂ ਤੁਹਾਨੂੰ ਅੱਜ ਦੱਸਦਾ, ਅਸੀਂ ਨਸ਼ੇ ਵੇਚਣ ਵਾਲੇ ਦੀ ਉਮਰ ਕੈਦ ਦੀ ਸਜ਼ਾ ਸਪੈਸ਼ਲ ਕੋਰਟ ਬਣਾ ਕੇ, 6 ਮਹੀਨੇ ਦੇ ਅੰਦਰ ਅੰਦਰ ਸਪੈਸ਼ਲ ਕੋਰਟ ਬਣਾ ਕੇ ਸਾਰੇ ਉਮਰ ਕੈਦ ਦੇ ਅੰਦਰ। ਨਸ਼ਾ ਬੰਦ ਕਰਨਾ, ਖਤਮ ਕਰਨਾ, ਆਪਣੀ ਜਵਾਨੀ ਨੂੰ ਬਚਾਉਣਾ ਸਾਡਾ ਨੰਬਰ 1 ਪ੍ਰਾਇਰਟੀ ਹੈ। ਇੱਥੇ ਗੈਂਗਸਟਰਿਜ਼ਮ ਖਤਮ ਕਰਨਾ, ਕਾਨੂੰਨ ਵਾਪਸ ਬਹਾਲ ਕਰਨਾ, ਇੱਥੇ ਪੰਜਾਬ ਵਿੱਚ ਫਿਰ ਤੋਂ ਇੰਡਸਟਰੀ ਲਿਆਉਣੀ, ਵਪਾਰ ਲਿਆਉਣਾ, ਬਾਹਰਲੇ ਸੂਬਿਆਂ ਦੇ ਲੋਕ ਇੱਥੇ ਆ ਕੇ ਇਨਵੈਸਟ ਕਰਨ, ਤਾਂ ਹੀ ਪੰਜਾਬ ਬਚੂਗਾ। ਅਤੇ ਉਹ ਤੁਸੀਂ ਦੇਖਿਆ ਇਕੱਲੀ ਅਕਾਲੀ ਦਲ ਕਰ ਸਕਦੀ ਹੈ।